चंडीगढ़ पुलिस वालों फड़े गए गैंगस्टर ने खुलासा किया है कि बंबीहा गैंग पंजाब के मशहूर सिंगर बब्बू मान ते मनकीरत औलख के कतल की साजिश रच रहा है। जानकारी मुताबिक कनेडा च बैठे गैंगस्टर लकी पटियाल के खास साथी प्रिंस ने फोन कर हथियार तैयार करने लिए कहा सी। मैं प्रिंस ये भी खुडे लाहौरे का रहने वाला पर अजकल कैनेडा दे रहा है। ईवन कि जोड़ा सुरजीत बौंसल का मर्डर होया नीरज चस्का और दीपक मान सी भी एक मुंडा जोड़ा हूँ असं अरैसट किया किन्नी वो कोल आके रहे थे तो उन्होंने रैकी वगैरह कराई थी तो लॉजिस्टिक सपोर्ट दी थी। हूँ जोड़ा एक होर मुंडा अमन फड़िया एलियस विक्की वो पुछगिछ से सामने आया कि उन्होंने ये पूछ रहे थे कि जे एंड के कोई जान पहचान का बंदा है जे है तो दसो क्योंकि असी बब्बू मान और मनकीरत औलख नूं मारन वास्ते AK 47 नूं उत्थे मुहैया कराणी है किसी नूं तो जो इन्होंने मना करता भी साडे कोल इहो जिहा कोई बंदा नहीं ते मुहैया करा च नहीं कोई नहीं वो इन्होंने पहले ही मना करता है डर के गल सुन के कहिंदे नहीं साडे कोल कोई इहो जिहा बंदा है नहीं तो हथियार भी बरामद होए पिछले दिन चार हथियार इन्हां तों बरामद होए है और प्रिंस ने इन्हां नूं इह गल दसी है कि साडे तीन साथी ਤੇਜੇ ਹਨੀ ਜਿਹੜੇ ਆ ਉਹ ਪੰਜਾਬ ਪੁਲਿਸ ਨਾਲ ਇਨਕਾਊਂਟਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਮੁਕੁਲ ਰਾਣਾ ਨੇ ਤਿੰਨ ਰੈਪਾਂ ਉਸੇ ਦਿਨ ਜਿਸ ਦਿਨ ਉਹਨਾਂ ਦਾ ਇਨਕਾਊਂਟਰ ਹੋਇਆ ਉਹ ਸਪਲਾਈ ਕੀਤੀ ਇਹਨਾਂ ਨੂੰ ਫੜਿਆ ਗਿਆ ਇਹਨਾਂ ਦੇ ਹੋਰ ਵੀ ਸਾਥੀ ਹੈ ਦੋ ਬੰਦੇ ਕਾਫੀ ਕੁਛ ਹੈ ਜੀ ਇਨਵੈਸਟੀਗੇਸ਼ਨ ਕਰ ਲਈ ਚੱਲ ਰਹੀ ਹੈ ਜਿੱਧਰ ਤੱਕ ਇਨਵੈਸਟੀਗੇਸ਼ਨ ਚੱਲੇਗੀ ਜਿਨ੍ਹਾਂ ਜਿਨ੍ਹਾਂ ਦੇ ਨਾਮ ਆਉਣਗੇ ਉਹਨਾਂ ਤੇ ਸਾਰਿਆਂ ਦੀ ਕਾਰਵਾਈ ਕਰਾਂਗੇ ਚਾਰਾਂ ਤੋਂ ਹਥਿਆਰ ਮਿਲੇ ਨੇ ਤੇ ਸਫਿਸਟੀਕੇਟਡ ਵੈਪਨ ਮਿਲੇ ਨੇ ਇੱਕ 30 ਦਾ ਮਿਲਿਆ ਦੋ 32 ਦੇ ਮਿਲੇ ਆ ਇੱਕ 32 ਦਾ ਰਿਵੋਲਵਰ ਮਿਲਿਆ ਔਰ ਬੱਬੂ ਮਾਨ ਤੇ ਉਹ ਜ਼ਿਕਰ ਇਸ ਤਰ੍ਹਾਂ ਆਇਆ ਜੀ ਇੱਕ ਅਮਨ ਏਲੀਅਸ ਵਿੱਕੀ ਨਾਂ ਦਾ ਬੰਦਾ ਜਿਹੜਾ ਸਾਡੀ ਕਸਟਡੀ 'ਚ ਹੈ ਉਹਦੀ ਪੁੱਛਗਿੱਛ ਇਹ ਆਇਆ ਕਿ ਉਹਨੂੰ ਪ੍ਰਿੰਸ ਨੇ ਪੁੱਛਿਆ ਵੀ ਕੀ ਤੇਰੀ ਜੰਮੂ ਕਸ਼ਮੀਰ ਦੇ ਵਿੱਚ ਕੋਈ ਜਾਣ ਪਛਾਣ ਦਾ ਬੰਦਾ ਹੈਗਾ ਜਦੋਂ ਉਹਨੇ ਅਗਾਂਹ ਕੁਐਸਚਨ ਕੀਤਾ ਵੀ ਕਿਉਂ ਤੁਹਾਨੂੰ ਇਹ ਬੰਦੇ ਬਾਰੇ ਪੁੱਛ ਰਹੇ ਹੋ ਇਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਬੱਬੂ ਮਾਨ ਨੂੰ ਔਰ ਮਨਕੀਰਤ ਔਲਖ ਨੂੰ ਮਾਰਨ ਲਈ ਕੋਈ ਵੱਡੇ ਵੈਪਨ ਮੰਗਾਏ ਨੇ ਕਿ ਕੋਈ ਉੱਥੇ ਬੰਦਾ ਹੋਏ ਜਿਹੜਾ ਉਹਨਾਂ ਦੀ ਡਿਲੀਵਰੀ ਲੈ ਲਏ ਡਰ ਕੇ ਉਸ ਬੰਦੇ ਨੇ ਬਿਲਕੁਲ ਮਨਾ ਕਰਤਾ ਵੀ ਨਹੀਂ ਸਾਡੀ ਕੋਈ ਜਾਣ ਪਛਾਣ ਦਾ ਬੰਦਾ ਹੈ ਵੈਪਨ ਜੇ ਮੰਗਵਾਏ ਜਾ ਚੁੱਕੇ ਆ ਕੁਛ ਜਾਣਕਾਰੀ ਇਹ ਇਹਨਾਂ ਦੀ ਨੌਲੇਜ ਚ ਨਹੀਂ ਹੈ ਸਿਰਫ ਇਹਨਾਂ ਨੂੰ ਇਹਨਾਂ ਹੀ ਕਿਹਾ ਸੀ ਵੀ ਉੱਥੋਂ ਜਾ ਕੇ ਵੈਪਨ ਕਲੈਕਟ ਕਰ ਲਏ ਮੰਗਾਏ ਜਾ ਚੁੱਕੇ ਆ ਕੌਣ ਪਲੈਨਿੰਗ ਕਰ ਰਿਹਾ ਕੀ ਹੋ ਰਿਹਾ ਇਹਨਾਂ ਨੂੰ ਹਾਲੇ ਨੌਲੇਜ ਨਹੀਂ ਹੈ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਕੋ ਸਾਹਮਣੇ ਆਏਗਾ ਫਿਰ ਤੁਹਾਨੂੰ ਦੱਸ ਦਿਆਂਗੇ ਅਭੀ ਜੀ ਤੇਜਾ ਮਹਿਰ ਦੇ ਨਾਲ ਇਹਨਾਂ ਦਾ ਡਾਇਰੈਕਟ ਜਿਹੜੇ ਅਸੀਂ ਬੰਦੇ ਫੜੇ ਉਹਨਾਂ ਦਾ ਕੋਈ ਵੀ ਕਨੈਕਸ਼ਨ ਨਹੀਂ ਹੈ ਪਰ ਪ੍ਰਿੰਸ ਨੇ ਇਹਨਾਂ ਨੂੰ ਇਹ ਦੱਸਿਆ ਸੀ ਕਿ ਜਿਹੜੇ ਬੰਦੇ ਪੰਜਾਬ ਪੁਲਿਸ ਇਨਕਾਊਂਟਰ ਨਾਲ ਮਰੇ ਆ ਉਹਨਾਂ ਨੂੰ ਮੁਕੁਲ ਰਾਣਾ ਜਿਨ੍ਹਾਂ ਨੂੰ ਇਹਨੇ ਹਥਿਆਰ ਅਪਲਾਈ ਕੀਤੇ ਉਹਨਾਂ ਨੂੰ ਵੀ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਬੰਬੀਹਾ ਗਰੁੱਪ ਵੀ ਐਕਟਿਵ ਹੋ ਗਿਆ ਹੈ ਤੇ ਲਗਾਤਾਰ ਲਾਰੈਂਸ ਤੇ ਬੰਬੀਹਾ ਗਰੁੱਪ 'ਚ ਆਪਸੀ ਖਿੱਚੋਤਾਨ ਚੱਲ ਰਹੀ ਹੈ ਤੇ ਸਭ ਦੇ ਵਿਚਾਲੇ ਪੰਜਾਬ 'ਚ ਲਗਾਤਾਰ ਸਿੰਗਰਾਂ ਤੇ ਗੈਂਗਸਟਰਾਂ ਦਾ ਸਾਇਆ ਮੰਡਰਾ ਰਿਹਾ ਹੈ ਜਿਸ ਦੇ ਚੱਲਦੇ ਅੱਜ ਕੁਝ ਗੈਂਗਸਟਰ ਚੰਡੀਗੜ੍ਹ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਜਿਨ੍ਹਾਂ ਵੱਲੋਂ ਪੰਜਾਬ ਦੇ ਨਾਮੀ ਸਿੰਗਰਾਂ ਦੇ ਕਤਲ ਦੀ ਸਾਜ਼ਿਸ਼ ਰਚੀ ਜਾਣੀ ਸੀ।